ਤੇ 27 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਅਸ਼ਕੇ ਕਈ ਪੱਖਾਂ ਤੋਂ ਪੰਜਾਬੀ ਸਿਨੇਮਾ ਲਈ ਨਵੇਂ ਤਜਰਬੇ ਲੈ ਕੇ ਆ ਰਹੀ ਹੈ। ਦੁਨੀਆ ਭਰ ਵਿੱਚ ਵਸਦੇ ਅਮਰਿੰਦਰ ਗਿੱਲ ਦੇ ਪ੍ਰੇਮੀ ਇਸ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਨੇ। ਇਹ ਫਿਲਮ ਰਿਦਮ ਬੁਆਇਜ਼ ਅਤੇ ਹੇਅਰ ਓਮ ਜੀ ਸਟੂਡੀਓਜ਼ ਦੀ ਪ੍ਰੋਡਕਸ਼ਨ ਹੈ। ਰਿਦਮ ਬੁਆਇਜ਼ ਨੇ ਪੰਜਾਬੀ ਸਿਨੇਮਾ ਨੂੰ ਹੁਣ ਤੱਕ ਕਈ ਨਵੇਂ ਚਿਹਰੇ ਦਿੱਤੇ ਨੇ, ਜਿਨ੍ਹਾਂ ਵਿੱਚ ਸਰਗੁਣ ਮਹਿਤਾ ਦਾ ਨਾਂ ਸ਼ਾਮਿਲ ਹੈ। ਹੁਣ ਅਸ਼ਕੇ ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਸਨਾ ਸ਼ੇਖ ਨਾਂ ਦੀ ਅਦਾਕਾਰਾ ਮਿਲਣ ਜਾ ਰਹੀ ਹੈ। ਸੰਜੀਦਾ ਸ਼ੇਖ ਨੂੰ ਪਹਿਲੀ ਹੀ ਫਿਲਮ ਵਿੱਚ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸ ਫਿਲਮ ਵਿੱਚ ਕੰਮ ਕਰਨ ਲਈ ਬੇਹੱਦ ਖੁਸ਼ ਹੈ। ਫਿਲਮ ਵਿੱਚ ਜਸਵਿੰਦਰ ਭੱਲਾ, ਵੰਦਨਾ ਚੋਪੜਾ, ਸਰਬਜੀਤ ਚੀਮਾ ਅਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ। ਫਿਲਮ ਦੀ ਕਹਾਣੀ, ਸਕਰੀਨ ਪਲੇ ਅਤੇ ਸੰਵਾਦ ਧੀਰਜ ਰਤਨ ਦੇ ਨੇ। ਸੰਜੀਦਾ ਸ਼ੇਖ ਦਾ ਕਹਿਣਾ, ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿੱਚ ਕਿਸਮਤ ਅਜਮਾਈ ਕਰਾਂ ਅਤੇ ਮੇਰਾ ਇਹ ਸੁਪਨਾ ਕਿਸੇ ਚੰਗੇ ਅਦਾਕਾਰ ਨਾਲ ਪੂਰਾ ਹੋਵੇ। ਜਦੋਂ ਮੈਨੂੰ ਅਸ਼ਕੇ ਬਾਰੇ ਪਤਾ ਲੱਗਾ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸੰਜੀਦਾ ਸ਼ੇਖ ਦਾ ਕਹਿਣਾ ਕਿ ਇਹ ਫਿਲਮ ਜਵਾਨਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ, ਕੁਝ ਸਿੱਖਣ ਨੂੰ ਮਿਲੇਗਾ ਅਤੇ ਮਨੋਰੰਜਨ ਵੀ ਕਮਾਲ ਦਾ ਹੋਵੇਗਾ। ਸੰਜੀਦਾ ਸ਼ੇਖ ਮੁਤਾਬਿਕ, ਮੈਂ ਕਾਰਜ ਗਿੱਲ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। 27 ਜੁਲਾਈ ਲਈ ਮੇਰੇ ਅੰਦਰ ਬੇਹੱਦ ਉਤਸੁਕਤਾ ਹੈ। ਜਿਉਂ ਜਿਉਂ ਫਿਲਮ ਰਿਲੀਜ਼ ਦਾ ਦਿਨ ਨੇੜੇ ਆ ਰਿਹਾ, ਮੇਰੀ ਉਤਸੁਕਤਾ ਵੱਧ ਰਹੀ ਹੈ। ਮੈਨੂੰ ਆਸ ਹੈ ਕਿ ਫਿਲਮ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਿਖਰ ਤੱਕ ਜਾਵੇਗੀ ਅਤੇ ਪੰਜਾਬੀਆਂ ਦਾ ਪੂਰਾ ਪਿਆਰ ਪਾਵੇਗੀ।